लख कणा जिहड़ा बनाया सीगा ते बाद तू इह पंक्ति बोली सवा लाख सेक चिड़ियों से मैं बाज लड़ाऊ सवा लाख सेक लड़ाऊ ते बाद तू इह गल कही वी मैं इहो जिहा गाणा बनाउणा सी बनाउणिया वा इहो जिहा वी सारे गायक याद रखणगे ਬਾਬੇ ਨਾਨਕ ਦਾ ਖੰਡਾ ਸਦਾ ਹੀ ਲੱਗਿਆ ਰਹਿਣਾ ਗੁਰੂ ਗੋਬਿੰਦ ਸਿੰਘ ਦਾ ਖੰਡਾ ਸਦਾ ਹੀ ਲੱਗਿਆ ਰਹਿਣਾ ਮੈਂ ਆਹ ਸੁਣਿਆ ਮੇਰੀ ਗੱਲ ਸੁਣ ਤੇਰੀ ਸਾਰੀ ਇੰਟਰਵਿਊ ਮੈਂ ਸੁਣੀ ਆ ਮੈਂ ਕਲਿੱਪ ਨਹੀਂ ਸੁਣੀ ਕੋਈ ਸ਼ਦਾਈ ਨਾ ਮੈਂ ਤੇਰੀ ਮੈਂ ਕਲਿੱਪ ਨਹੀਂ ਕਾਕਾ ਸੁਣੀ ਕੋਈ ਤੇਰੀ ਇੰਟਰਵਿਊ ਸੁਣੀ ਆ ਸਾਰੀ 6 ਮਿੰਟ ਤੋਂ ਤੇਰੀ ਉਹ ਕਲਿੱਪ ਆ ਤੁਸੀਂ ਲੋਕ ਕੰਜਰਖਾਨਾ ਕਰੋ ਜੋ ਮਰਜ਼ੀ ਸਾਡੇ ਵੱਲੋਂ ਸਾਨੂੰ ਕੋਈ ਫਰਕ ਨਹੀਂ ਪੈਂਦਾ ਜਿਹੜਾ ਤੁਸੀਂ ਆਹ ਗੰਦ ਗੰਦ ਘੋਲਦੇ ਹੋ ਘੁੱਲ ਜਾਓ ਸਾਨੂੰ ਕੋਈ ਫਰਕ ਨਹੀਂ ਪੈਂਦਾ ਤੁਹਾਨੂੰ ਕਿੰਨੇ ਆਗਿਆ ਦਿੱਤੀ ਆ ਵੀ ਜਿਹੜਾ ਸ਼ਬਦ ਗੁਰੂ ਸਾਹਿਬ ਦੇ ਵਾਸਤੇ ਸੰਬੋਧਨ ਹੁੰਦਾ ਹੋਵੇ ਉਹ ਤੋਂ ਕਿਸੇ ਕੰਜਰ ਵਾਸਤੇ ਸੰਬੋਧਨ ਕਰੇ ਨਹੀਂ ਨਹੀਂ ਗੁਰੂ ਸਾਹਿਬ ਦਾ ਸਤਿਕਾਰ ਤੋਂ ਕਰਦਾ ਵਾ ਤੇ ਤੈਨੂੰ ਨੀ ਪਤਾ ਵੀ ਇਹ ਪੰਕਤੀ ਗੁਰੂ ਸਾਹਿਬ ਦੇ ਵਾਸਤੇ ਸੰਬੋਧਨ ਕੀਤੀ ਜਾਂਦੀ ਆ ਤੇ ਤੂੰ ਕਿਸੇ ਕੰਜਰ ਵਾਸਤੇ ਸੰਬੋਧਨ ਕਰ ਰਿਹਾ ਤੁਸੀਂ ਤਾਂ ਉਹ ਲੋਕ ਹੋ ਜਿਹੜਾ ਬੇੜਾ ਗਰਕ ਕਰ ਰਹੇ ਹੋ ਤੁਸੀਂ ਸਮਾਜ ਦਾ ਕੀ ਤੇਰੇ ਕੋਲ ਟੈਲੈਂਟ ਆ ਤੇਰੇ ਕੋਲ ਕੀ ਟੈਲੈਂਟ ਦੱਸ ਮੈਨੂੰ ਕੀ ਤੇਰੇ ਬੱਲੇ ਅੱਲੇ ਬੱਲੇ ਤੇਰੇ ਕੁਛ ਹੈ ਨੀ ਤੇਰੇ ਬੱਲੇ ਉਹ ਜੇ ਮੀਡੀਆ ਵਾਲੇ ਚੱਕ ਜਾ ਕੇ ਜਿਹੜੇ ਤੈਨੂੰ ਲਿਆ ਕੇ ਗੁਰੂ ਦਾ ਸ਼ਬਦ ਨੀ ਬੋਲ ਸਕਦਾ ਤੂੰ ਬਣਾ ਜੰਮ ਜੰਮ ਕੇ ਸ਼ਬਦ ਬੋਲ ਠੀਕ ਹੈ ਨਾ ਪਰ ਤੂੰ ਦੱਸ ਵੀ ਤੈਨੂੰ ਇਹ ਅਥਾਰਟੀ ਕਿਹਨੇ ਦਿੱਤੀ ਵੀ ਜਿਹੜਾ ਸ਼ਬਦ ਗੁਰੂ ਸਾਹਿਬ ਦੇ ਵਾਸਤੇ ਪ੍ਰਯੋਗ ਹੁੰਦਾ ਤੂੰ ਕਿਸੇ ਕੰਜਰ ਵਾਸਤੇ ਪ੍ਰਯੋਗ ਕਰੇ ਮਹਾਰਾਜ ਦੇਖੋ ਮਹਾਰਾਜ ਗਲਤੀ ਹੋ ਗਈ ਕਿਉਂ ਗਲਤੀ ਇਹਦਾ ਨੀ ਮਤਲਬ ਹੋਇਆ ਹੋਵੇ ਇਹ ਕੀ ਗੱਲ ਹੋਈ ਤੁਹਾਡੀ ਕੰਜਰਾਂ ਦੀ ਵੀ ਗਲਤੀ ਹੋ ਗਈ ਕਹਿ ਕੇ ਤੁਸੀਂ ਗਲਤੀ ਮੰਨ ਲੈਂਦੇ ਹੋ ਤੂੰ ਰਹਿਣਾ ਕਿੱਥੇ ਆ ਤੇਰੇ ਮੈਂ ਕਰਾ ਰਿਹਾ ਪਰਚਾ ਤੇਰੇ ਤੇ ਤੈਨੂੰ ਦਿਨਾ ਅਗਲ ਗਲਤੀ ਹੋ ਗਈ ਤੇਰੇ ਕੋਲੋਂ ਕਹਿ ਕੇ ਤੁਸੀਂ ਮਾਫੀਆਂ ਮੰਗ ਲੈਂਦੇ ਹੋ ਮੁੜ ਕੇ ਤੁਸੀਂ ਗੰਦ ਪਾਇਆ ਤੁਸੀਂ ਬਾਜ਼ਾਰ 'ਚ ਵਾਰ ਵਾਰ ਚੋਣਾਂ ਲੜ ਚੁੱਕੇ ਨੀਟੂ ਸ਼ਟਰਾਂ ਵਾਲਾ ਹੁਣ ਹਰ ਦਿਨ ਸੁਰਖੀਆਂ ਬਟੋਰਨ ਦੇ ਵਿੱਚ ਰਹਿੰਦਾ ਕਦੇ ਤਾਂ ਨੀਟੂ ਦਾ ਗਾਣਾ ਆਉਂਦਾ DGP ਪੰਜਾਬ ਦਾ ਜੋ ਸ਼ਾਇਦ ਕਾਫੀ ਚੱਲਿਆ ਪਰ ਹੁਣ ਇੱਕ ਆਡੀਓ ਵਾਇਰਲ ਹੋ ਰਹੀ ਹੈ ਜੋ ਨੀਟੂ ਸ਼ਟਰਾਂ ਵਾਲੇ ਦੀ ਦੱਸੀ ਜਾ ਰਹੀ ਹੈ ਜਿਸ ਦੇ ਵਿੱਚ ਇੱਕ ਵਿਅਕਤੀ ਜੋ ਆਪਣੇ ਆਪ ਨੂੰ ਬਾਬਾ ਪਰਮਜੀਤ ਸਿੰਘ ਅਕਾਲੀ ਕਹਿ ਕੇ ਗੱਲ ਕਰ ਰਿਹਾ ਜਿਨ੍ਹਾਂ ਵੱਲੋਂ ਨੀਟੂ ਸ਼ਟਰਾਂ ਵਾਲੇ ਦੀ ਪੂਰੀ ਰੇਲ ਬਣਾਈ ਜਾ ਰਹੀ ਹੈ ਆਓ ਤੁਸੀਂ ਵੀ ਸੁਣੋ ਇਹ ਆਡੀਓ ਨੀਟੂ ਬੋਇਆ ਬਾਬਾ ਪਰਮਜੀਤ ਸਿੰਘ ਅਕਾਲੀ ਬੋਲਦਾ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਸੇਵਾਦਾਰ ਰਿਹਾ ਹਾਂਜੀ ਬਾਬਾ ਪਰਮਜੀਤ ਸਿੰਘ ਅਕਾਲੀ ਬੋਲਦਾ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਸੇਵਾਦਾਰ ਅਕਾਲੀ ਹਾਂ ਸੰਬੋਧਨ ਕੀਤਾ ਜਾਂਦਾ ਉਹ ਬੋਲ ਕੇ ਤੂੰ ਕਹਿ ਰਿਹਾ ਮੈਂ ਇਦਾਂ ਦਾ ਗਾਇਕ ਬਣਾਊਂਗਾ ਇੱਕ ਮੇਰੀ ਗੱਲ ਫਿਰ ਧਿਆਨ ਨਾਲ ਸੁਣ ਗੱਲ ਨੂੰ ਡਿਵਰਟ ਨਾ ਕਰ ਜਿਹੜੀ ਗੱਲ ਮੇਰੀ ਪਹਿਲਾਂ ਸੁਣ ਲਾ ਜਿਹੜੀ ਇੰਟਰਵਿਊ ਮੇਰੇ ਤੇਰੇ ਕੋਲ ਪਈ ਆ 6 ਮਿੰਟ ਤੋਂ ਜਾ ਕੇ ਜਿਹੜੀ ਤੇਰੀ ਇੰਟਰਵਿਊ ਚਾਲੂ ਹੁੰਦੀ ਉਹ ਸਵਾਲ ਕਰਦਾ ਵਾ ਕਿ ਕਿਹੜਾ ਗਾਣਾ ਤੁਸੀਂ ਹਨਾ ਕਿੰਨੇ ਗਾਣੇ ਤੇ ਤੂੰ ਕਿਹਾ ਵੀ ਲੱਖ ਗਾਣਾ ਮੇਰਾ ਗੱਲ ਸੁਣ ਲਾ ਪਹਿਲਾਂ ਫਿਰ ਤੇਰੀ ਸੁਣਦਾ ਤੇ ਤੂੰ ਅਗਲੀ ਗੱਲ ਤੂੰ ਇਹ ਕਹੀ ਵੀ ਮੈਂ ਲੱਖ ਗਾਣਾ ਜਿਹੜਾ ਬਣਾਇਆ ਸੀਗਾ ਤੇ ਬਾਅਦ ਤੂੰ ਇਹ ਪੰਕਤੀ ਬੋਲੀ ਸਵਾ ਲੱਖ ਸੇਕ ਚਿੜੀਓ ਸੇ ਮੈਂ ਬਾਜ ਲੜਾਊ ਸਵਾ ਲੱਖ ਸੇਕ ਲੜਾਊ ਤੇ ਬਾਅਦ ਤੂੰ ਇਹ ਗੱਲ ਕਹੀ ਵੀ ਮੈਂ ਇਹੋ ਜਿਹਾ ਗਾਣਾ ਬਣਾਉਣਾ ਸੀ ਬਣਾਉਣਿਆ ਵਾ ਇਹੋ ਜਿਹਾ ਵੀ ਸਾਰੇ ਗਾਇਕ ਯਾਦ ਰੱਖਣਗੇ ਕਿੱਦਾਂ ਕਿੱਦਾਂ ਬਾਬੇ ਨਾਨਕ ਦਾ ਖੰਡਾ ਸਦਾ ਹੀ ਲੱਗਿਆ ਰਹਿਣਾ ਗੁਰੂ ਗੋਬਿੰਦ ਸਿੰਘ ਦਾ ਖੰਡਾ ਸਦਾ ਹੀ ਲੱਗਿਆ ਰਹਿਣਾ ਮੈਂ ਆਹ ਸੁਣਿਆ ਮੇਰੀ ਗੱਲ ਸੁਣ ਤੇਰੀ ਸਾਰੀ ਇੰਟਰਵਿਊ ਮੈਂ ਸੁਣੀ ਆ ਮੈਂ ਕਲਿੱਪ ਨਹੀਂ ਸੁਣੀ ਕੋਈ ਸ਼ਦਾਈ ਨਾ ਮੈਂ ਤੇਰੀ ਮੈਂ ਕਲਿੱਪ ਨਹੀਂ ਕਾਕਾ ਸੁਣੀ ਕੋਈ ਤੇਰੀ ਇੰਟਰਵਿਊ ਸੁਣੀ ਆ ਸਾਰੀ 6 ਮਿੰਟ ਤੋਂ ਤੇਰੀ ਉਹ ਕਲਿੱਪ ਆ ਤੁਸੀਂ ਲੋਕ ਕੰਜਰਖਾਨਾ ਕਰੋ ਜੋ ਮਰਜ਼ੀ ਸਾਡੇ ਵੱਲੋਂ ਸਾਨੂੰ ਕੋਈ ਫਰਕ ਨਹੀਂ ਪੈਂਦਾ ਜਿਹੜਾ ਤੁਸੀਂ ਆਹ ਗੰਦ ਗੰਦ ਘੋਲਦੇ ਹੋ ਘੁੱਲ ਜਾਓ ਸਾਨੂੰ ਕੋਈ ਫਰਕ ਨਹੀਂ ਪੈਂਦਾ ਤੁਹਾਨੂੰ ਕਿੰਨੇ ਆਗਿਆ ਦਿੱਤੀ ਆ ਵੀ ਜਿਹੜਾ ਸ਼ਬਦ ਗੁਰੂ ਸਾਹਿਬ ਦੇ ਵਾਸਤੇ ਸੰਬੋਧਨ ਹੁੰਦਾ ਹੋਵੇ ਉਹ ਤੋਂ ਕਿਸੇ ਕੰਜਰ ਵਾਸਤੇ ਸੰਬੋਧਨ ਕਰੇ ਨਹੀਂ ਨਹੀਂ ਗੁਰੂ ਸਾਹਿਬ ਦਾ ਸਤਿਕਾਰ ਤੋਂ ਕਰਦਾ ਵਾ ਤੇ ਤੈਨੂੰ ਨੀ ਪਤਾ ਵੀ ਇਹ ਪੰਕਤੀ ਗੁਰੂ ਸਾਹਿਬ ਦੇ ਵਾਸਤੇ ਸੰਬੋਧਨ ਕੀਤੀ ਜਾਂਦੀ ਆ ਤੇ ਤੂੰ ਕਿਸੇ ਕੰਜਰ ਵਾਸਤੇ ਸੰਬੋਧਨ ਕਰ ਰਿਹਾ ਮੇਰੇ ਕੋਲ ਤੇਰੀ ਇੰਟਰਵਿਊ ਸਾਰੀ ਪਈ ਆ 6 ਮਿੰਟ ਤੋਂ ਤੇਰੀ ਜਿਹੜੀ ਵਰਡਿੰਗ ਸਟਾਰਟ ਹੁੰਦੀ ਆ ਜਦੋਂ ਤੈਨੂੰ ਪੱਤਰਕਾਰ ਨੇ ਸਵਾਲ ਮਹਾਰਾਜ ਦੇਖੋ ਮਹਾਰਾਜ ਗਲਤੀ ਹੋ ਗਈ ਕਿਉਂ ਗਲਤੀ ਇਹਦਾ ਨੀ ਮਤਲਬ ਹੋਇਆ ਹੋਵੇ ਇਹ ਕੀ ਗੱਲ ਹੋਈ ਤੁਹਾਡੀ ਕੰਜਰਾਂ ਦੀ ਵੀ ਗਲਤੀ ਹੋ ਗਈ ਕਹਿ ਕੇ ਤੁਸੀਂ ਗਲਤੀ ਮੰਨ ਲੈਂਦੇ ਹੋ ਤੂੰ ਇਹਨਾਂ ਕਿੱਥੇ ਆ ਤੇਰੇ ਤੇ ਮੈਂ ਕਰਾ ਰਿਹਾ ਪਰਚਾ ਤੇਰੇ ਤੇ ਤੈਨੂੰ ਦਿਨਾ ਅਗਲ
ਗਲਤੀ ਹੋ ਗਈ ਤੇਰੇ ਕੋਲੋਂ ਕਹਿ ਕੇ ਤੁਸੀਂ ਮਾਫੀ ਮੰਗ ਲਿਓ ਮੁੜ ਕੇ ਤੁਸੀਂ ਗੰਦ ਪਾਇਆ ਤੁਸੀਂ ਬਾਜ਼ਾਰ ਚ ਆਪਾਂ ਗੀਤ ਬਣਾਇਆ ਤੂੰ ਕੋਈ ਸ਼ਾਨ ਕਰ ਰਿਹਾ ਵਾ ਸ਼ਾਨ ਕਰ ਰਿਹਾ ਵਾ ਬਣਾਇਆ ਸ਼ਾਨ ਕਰ ਰਿਹਾ ਸਾਡੇ ਕੋਈ ਤੂੰ ਸ਼ਾਨ ਕਰ ਰਿਹਾ ਸਾਡੇ ਜਿਹੜੀ ਮਰਜ਼ੀ ਮੈਂ ਇੰਟਰਵਿਊ ਸੁਣ ਲਓ ਉੱਥੇ ਵਾਹਿਗੁਰੂ ਜੀ ਦਾ ਖਾਲਸਾ ਮੇਰੀ ਗੱਲ ਸੁਣ ਤੂੰ ਸ਼ਾਨ ਕਰ ਰਿਹਾ ਸ਼ਾਨ ਕਰ ਰਿਹਾ ਤੂੰ ਫਤਿਹ ਬੁਲਾ ਕੇ ਸਾਡੇ ਤੂੰ ਸ਼ਾਨ ਕਰਦਾ ਮਹਾਰਾਜ ਦੇ ਉੱਤੇ ਆਪਣੇ ਗੁਰੂ ਦਾ ਨਾਮ ਉੱਚਾ ਕਰ ਰਿਹਾ ਮੈਂ ਤੂੰ ਗੁਰੂ ਦਾ ਨਾਮ ਨੀ ਉੱਚਾ ਕਰ ਰਿਹਾ ਤੁਸੀਂ ਤਾਂ ਉਹ ਲੋਕ ਹੋ ਜਿਹੜਾ ਬੇੜਾ ਗਰਕ ਕਰ ਰਹੇ ਹੋ ਤੁਸੀਂ ਸਮਾਜ ਦਾ ਕੀ ਤੇਰੇ ਕੋਲ ਟੈਲੈਂਟ ਆ ਤੇਰੇ ਕੋਲ ਕੀ ਟੈਲੈਂਟ ਦੱਸ ਮੈਨੂੰ ਕੀ ਤੇਰੇ ਬੱਲੇ ਵਾਲੇ ਬੱਲੇ ਤੇਰੇ ਕੁਛ ਹੈ ਨੀ ਤੇਰੇ ਬੱਲੇ ਉਹ ਜੇ ਮੀਡੀਆ ਵਾਲੇ ਚੱਕ ਜਾ ਕੇ ਜਿਹੜੇ ਤੈਨੂੰ ਲਿਆ ਕੇ ਗੁਰੂ ਦਾ ਸ਼ਬਦ ਨੀ ਬੋਲ ਸਕਦਾ ਤੂੰ ਬਣਾ ਜੰਮ ਜੰਮ ਕੇ ਸ਼ਬਦ ਬੋਲ ਠੀਕ ਹੈ ਨਾ ਪਰ ਤੂੰ ਦੱਸ ਵੀ ਤੈਨੂੰ ਇਹ ਅਥਾਰਟੀ ਕਿਹਨੇ ਦਿੱਤੀ ਵੀ ਜਿਹੜਾ ਸ਼ਬਦ ਗੁਰੂ ਸਾਹਿਬ ਦੇ ਵਾਸਤੇ ਪ੍ਰਯੋਗ ਹੁੰਦਾ ਤੂੰ ਕਿਸੇ ਕੰਜਰ ਵਾਸਤੇ ਪ੍ਰਯੋਗ ਕਰੇ ਭਾਜੀ 2 ਮਿੰਟ ਮੇਰੀ ਗੱਲ ਸੁਣ ਮੈਂ ਕੋਈ ਮਾੜਾ ਕੀ ਕੀ ਕਿਹਾ ਤੂੰ ਤੂੰ ਕਿਹਾ ਨੀ ਵੀ ਚਿੜੀਆਂ ਸੇ ਮੈਂ ਆਵਾਜ਼ ਲਾਉ ਸੁਣ ਮੇਰੀ ਗੱਲ ਤੈਨੂੰ ਮੈਂ ਇੰਟਰਵਿਊ ਸੁਣਾ ਮੇਰੀ ਗੱਲ ਸੁਣਾ ਬੰਦੇ ਦੇ ਪੁੱਤ ਨੂੰ ਬਹੁਤਾ ਸਿਆਣਾ ਨਾ ਬਣ ਤੇਰੀ ਇੰਟਰਵਿਊ ਮੈਂ ਸਾਰੀ ਸੁਣ ਲਈ ਅਸੀਂ ਕੁਛ ਨੀ ਕਿਹਾ ਠੀਕ ਹੈ ਨਾ ਮੈਂ ਆਪਣੇ ਗੁਰੂ ਦਾ ਨਾਮ ਉੱਚਾ ਕਰਾਂਗਾ ਅੰਮ੍ਰਿਤਸਰ ਰਹਿੰਦਾ ਮੈਂ ਤੂੰ ਆਏਗਾ ਬੁੱਧ ਤੇਰੇ ਤੇ ਸਵੇਰੇ ਪਰਚਾ ਕਰਾ ਰਿਹਾ ਮੈਂ ਤੂੰ ਤੇ ਭੱਜ ਆਏਗਾ ਸਵੇਰੇ ਤੇਰੇ ਤੇ ਸਵੇਰੇ ਕਰਾ ਕੇ ਨਾ ਕਾਰਵਾਈ ਤੇਰੇ ਤੇ ਲੱਗੂ ਤੈਨੂੰ ਪਤਾ ਵੀ ਤੁਸੀਂ ਲੋਕਾਂ ਨੇ ਜਿਹੜਾ ਗੰਦ ਪਾਇਆ ਨਾ ਕੰਜਰਾਂ ਨੇ ਮੈਂ ਹਰ ਵਾਰੀ ਕਹਿੰਦਾ ਵਾਹਿਗੁਰੂ ਜੀ ਦਾ ਖਾਲਸਾ ਉਹ ਯਾਰ ਵਾਹਿਗੁਰੂ ਜੀ ਦਾ ਖਾਲਸਾ ਕਹਿੰਦਾ ਵਾ ਤੇ ਤੈਨੂੰ ਅਥਾਰਟੀ ਮਿਲ ਗਈ ਆ ਵੀ ਤੂੰ ਮਹਾਰਾਜ ਦੇ ਵਾਸਤੇ ਜਿਹੜੇ ਸ਼ਬਦ ਪ੍ਰਯੋਗ ਕੀਤੇ ਉਹ ਕੰਜਰਾਂ ਵਾਸਤੇ ਕਰੇਗਾ ਦੋ ਮਿੰਟ ਰੁਕ ਜਾ ਮੇਰੀ ਗੱਲ ਸੁਣ ਲਓ ਕੋਈ ਨੀ ਮੈਂ ਤੇਰੀ ਗੱਲ ਸੁਣ ਲਈ ਤੂੰ ਸਵੇਰੇ ਆਏਗਾ ਥਾਣੇ ਤੇ ਫਿਰ ਤੇਰੇ ਨਾਲ ਗੱਲ ਕਰਾਂਗੇ ਜੰਗਾ ਫਿਲਹਾਲ ਇਹ ਆਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਪਰ ਇਹ ਆਡੀਓ ਕਦੋਂ ਦੀ ਹੈ ਇਸ ਬਾਰੇ ਅਸੀਂ ਕੋਈ ਪੁਸ਼ਟੀ ਨਹੀਂ ਕਰਦੇ ਇੰਨਾ ਜ਼ਰੂਰ ਹੈ ਜਿਵੇਂ ਇਸ ਦਾ ਕੋਈ ਵਾਇਰਲ ਸੱਚ ਸਾਡੇ ਸਾਹਮਣੇ ਆਉਂਦਾ ਤਾਂ ਅਸੀਂ ਤੁਹਾਡੇ ਸਾਹਮਣੇ ਜ਼ਰੂਰ ਰੱਖਾਂਗੇ ਬਿਊਰੋ ਰਿਪੋਰਟ D5 ਚੈਨਲ ਪੰਜਾਬੀ D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਕਲਿੱਕ ਕਰੋ